ਦਾ ਸਾਰਿਆਂ ਦਾ ਸਵਾਗਤ ਹੈ ਆਪਣੇ YouTube ਚੈਨਲ HK ਪੜ੍ਹਦੇ ਤੇ ਅੱਜ ਅਸੀਂ ਤੁਹਾਡੇ ਲਈ ਜਮਾਤ 7 ਦਾ ਗਣਿਤ ਵਿਸ਼ੇ ਦਾ ਜੋ ਪੇਪਰ ਤੁਹਾਡਾ 13 ਮਾਰਚ ਨੂੰ ਹੋਣਾ ਉਹ ਅਸੀਂ ਲੈ ਕੇ ਆ ਚੁੱਕੇ ਬਿਲਕੁਲ ਸੋਲਵਡ ਜੇਕਰ ਤੁਸੀਂ ਆਪਣੇ YouTube ਚੈਨਲ HK ਪੜ੍ਹਦੇ ਤੇ ਨਵੇਂ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਸ ਨਾਲ ਤੁਹਾਨੂੰ ਆਪਣੇ ਸਟੱਡੀ ਦੇ ਹੋਰ ਵੀ ਵੀਡੀਓ ਮਿਲਦੇ ਰਹਿੰਗੇ ਤੇ ਤੁਹਾਨੂੰ ਸੁਰੂ ਵਿੱਚ ਹੀ ਦੱਸ ਦਈਏ ਜੇਕਰ ਤੁਸੀਂ ਆਪਣਾ Telegram ਗਰੁੱਪ ਪਰ ਜੁਆਇਨ ਨਹੀਂ ਕੀਤਾ ਤਾਂ ਉਸ ਨੂੰ ਜਾ ਕੇ ਜੁਆਇਨ ਕਰ ਲਓ ਕਿਉਂਕਿ ਉੱਥੇ ਤੁਹਾਨੂੰ ਪੇਪਰਾਂ ਦੀ ਜੋ ਪੀਡੀਐਫ ਤੇ ਸੋਲੂਸ਼ਨ ਦੀ ਪੀਡੀਐਫ ਸਭ ਤੋਂ ਪਹਿਲੇ ਮਿਲਦੀ ਰਹੂਗੀ ਉਹਦਾ ਲਿੰਕ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਦੇ ਵਿੱਚ ਮੈਂ ਪਿੰਨ ਕਰ ਦੂੰਗਾ ਤੁਸੀਂ ਉੱਥੇ ਕਲਿੱਕ ਕਰਕੇ ਜੁਆਇਨ ਕਰ ਸਕਦੇ ਹੋ ਤੇ ਚੱਲੋ ਹੋਰ ਆਪਾਂ ਜੋ ਤੁਹਾਨੂੰ ਪੇਪਰ ਕਰਵਾ ਦਿੰਦੇ ਆ ਸਰਾਨਾ ਪ੍ਰੀਖਿਆ ਦੁਹੇ ਬਈ 3 ਗਣਿਤ ਜਮਾਤ 7ਵੀਂ ਆ ਇੰਗਲਿਸ਼ ਤੇ ਪੰਜਾਬੀ ਮੀਡੀਅਮ ਦੋਨਾਂ ਮੀਡੀਅਮ ਵਿੱਚ ਹੋਣ ਵਾਲਾ ਪੇਪਰ ਇਸ ਲਈ ਇਹਨੂੰ ਅੱਜ ਤੱਕ ਦੇਖ ਲੈਣਾ ਕੁੱਲ ਅੰਕ ਸੀ ਤੇ ਸਮਾਂ ਤੇ ਨਿਕੰਤੇ ਦਾ अगर okay, पहला चार पॉइंट अंत भाग दस बराबर आंसर है जीरो पॉइंट अड़ताली क्योंकि दसवा हिस्सा चके जाऊ इस करके जीरो पॉइंट अड़ताली आंसर आजगा अगे हैगा दूसरा एक ਇਹੋ ਜੀ ਰਨਾਤਮਕ ਸਪੂਰ ਸੰਖਿਆ ਦਾ ਜੋੜਾ ਕਿਹੜਾ ਹੈ ਜਿਨ੍ਹਾਂ ਦਾ ਜੋੜ -10 ਹੋਵੇ ਇਹਦਾ ਆਨਸਰ ਹੈਗਾ -2 ਅਤੇ -8 ਅਗਰ ਤੀਸਰਾ ਇੱਕ ਕਤਨਾ ਜੋ ਕੀ ਹੋ ਹੀ ਨਹੀਂ ਸਕਦੀ ਉਸ ਦੀ ਸੰਭਾਵਨਾ ਕੀ ਹੋਵੇਗੀ ਇਹਦਾ ਆਨਸਰ 0 ਮਤਲਬ ਜੁਮਾ ਵੀ ਹੋ ਤਾਂ ਕੋਈ ਚਾਂਸ ਹੀ ਨਹੀਂ ਹੈਗਾ ਉਹ ਸੰਭਾਵਨਾ ਹੈ ਨਹੀਂ ਅਗਰ ਚੌਥਾ 22 2 0 ਤਾਂ 22 ਕੀ ਹੋਵੇਗਾ ਇਹਦਾ ਆਨਸਰ ਹੈਗਾ -2 ਕਿਉਂਕਿ ਪਲੱਸ ਮਾਈਨਸ ਮਾਈਨਸ ਦਾ ਜੋ 2 ਚ 2 ਕਰਦੇਗੇ 0 ਆ ਜੂ ਇਹਦਾ ਅਨਸਰ ਤੇ ਮਾਈਨਸ 2 ਇਹਦਾ ਅਨਸਰ ਆ ਕਿ ਪੰਜਵਾਂ ਜਿਹੜਾ ਅਜੀਹਾ ਕਿਸ ਜਿਹੜਾ ਕੋਣ ਹੈ ਜਿਹੜਾ ਆਪਣੇ ਹੀ ਸੰਪੂਰਨ ਕੋਣ ਦੇ ਬਰਾਬਰ ਹੈ ਇਹਦਾ ਅਨਸਰ ਹੈ 90 90 ਡਿਗਰੀ ਦਾ ਕੋਣ ਜੋ ਆਪਣੇ ਹੀ ਸੰਪੂਰਨ ਕੋਣ ਦੇ ਬਰਾਬਰ ਹੁੰਦਾ ਹੈ ਆ ਕਿ 60 ਦਾ ਪੂਰਨ 60 ਦਾ ਪੂਰਨ ਕੋਣ ਕਿਹੜਾ ਹੈ ਇਹਦਾ ਅਨਸਰ ਹੈ 30 ਅੱਗੇ ਗੈਸ ਸੱਤਵਾਂ ਇਕ ਤ੍ਰਿਭੁਜ ਵਿੱਚ ਕਿੰਨੇ ਅੰਧਿਕਾਮ ਹੁੰਦੇ ਹਨ ਇਹਦਾ ਸਹੀ ਹੈ ਸੀ 3 ਅਗਿਆਗਾ ਅੱਠਵਾਂ ਜੇਕਰ ਦੋ ਕੋਣ ਸਰਬਸੰਗਤਮ ਹੋਣ ਤੇ ਇੱਕ ਕੋਣ ਦਾ ਮਾਪ 70 ਡਿਗਰੀ ਹੋਵੇ ਤਾਂ ਦੂਸਰੇ ਕੋਣ ਦਾ ਮਾਪ ਕਿੰਨਾ ਹੋਵੇਗਾ ਇਹਦਾ ਅਨਸਰ ਹੈਗਾ ਬੀਡੀ 70 ਡਿਗਰੀ ਹੋਵੇਗਾ ਕਿਉਂਕਿ ਇੱਕ ਦੂਜੇ ਦੇ ਬਰਾਬਰ ਹਨ ਅਗਿਆਗਾ ਨੌਵਾਂ ਇੱਕ ਪਾਸੇ ਦੇ ਸੰਮੁਖ ਫਲਕਾਂ ਅਤੇ ਅੰਕਿਤ ਬਿੰਦੂਆਂ ਦੇ ਜੋੜ ਕਿੰਨਾ ਹੋਵੇਗਾ ਇਹਦਾ ਅਨਸਰ ਹੈਗਾ 27 ਅਗੇ ਦਸ਼ਮਾ 4 ਵਟਾ 9 ਦੇ ਤਰਕਿਹੜੀ ਪਰਮੇਸ਼ਰਕਾ ਹੈ ਇਹਦਾ ਸਹੀ ਜਵਾਬ 8 ਵਟਾ 18 ਇਹਦਾ ਸਹੀ ਅੰਸਰ ਅਗੇ 11ਵਾਂ ਜੇਕਰ ਚੱਕਰ ਦਾ ਅਲਧ ਵਿਆਸ 5 ਹੋਵੇ ਤਾਂ ਚੱਕਰ ਦਾ ਕਿ ਰਕਤਨਾ ਹੋਵੇਗਾ ਇਹਦਾ ਸਹੀ ਜਵਾਬ 10 ਪਾਈ ਆ ਪਾਈ ਇਹਦਾ ਸਹੀ ਅੰਸਰ ਪਹਿਲਾ ਏ ਅਗੇ ਅਗੇ ਜੋ ਬਾਲਮਾ 4/2 7 ਜਾਂ ਕਿਸ ਪ੍ਰਕਾਰ ਦਾ ਬਿੰਜਕ ਹੈ ਇਹਦਾ ਅਸਲ ਹੈਗਾ ਦੋ ਦਸ ਸਸਨ ਨਹੀਂ ਲੱਭੇ ਤੁਸੀਂ ਆਪਣੇ ਆਪ ਕਰ ਸਕਦੇ ਹੋ ਇਹ ਇੱਕ ਪਦੀ ਆ ਕਿਉਂਕਿ ਇਹਦੇ ਪਿੱਛੇ ਕੋਈ ਉਪਾਦ ਨਹੀਂ ਹੈਗੇ ਇੱਕ ਇੱਕ ਪਦੀ ਅੱਗੇ ਅੱਗੇ ਤੁਸੀਂ 13 ਮਾ 6 6 6 6 ਕਿੰਨਾ ਹੋਗਾ 6 ਦੇ 4 ਸਹੀ ਹੱਸਾ ਕਿਉਂਕਿ ਇਹਨੂੰ ਉਸ ਤੇ ਜਦ ਉੱਤੇ 40 6 4 ਵਾ ਗੁਣਾ ਹੋ ਗਈ 6 ਦੇ ਦੀ ਇਹਦਾ ਅਸਲ ਹੈਗਾ b ਅਗਰ ਰਹੇਗਾ ਜੋ 14 ਮਾ ਤਿੰਨ ਤਨ 90 ਡਿਗਰੀ ਬਰਾਬਰ ਡੈਸ਼ ਇਹਦਾ ਜਵਰ ਹੈਗਾ ਏ 1 ਅੱਗੇ ਅਗੇ 15ਵਾਂ ਇੱਕ ਵਰਗ ਵਿੱਚ ਸਮਮਿਤ ਰੇਖਾਮ ਦੀ ਗਿਣਤੀ ਕਿੰਨੀ ਹੋਵੇਗੀ ਇਹਦਾ ਜਵਰ ਹੈਗਾ ਡੀ 4 ਅੱਗੇ ਅਗੇ 16ਵਾਂ ਇੱਕ ਸੰਪੂਜੀ ਤਰਪੂਜ਼ ਦੀ ਕੁਮਨ ਸੰਮਿਤੀ ਦਾ ਕਰਮ ਕਿੰਨਾ ਹੁੰਦਾ ਹੈ ਇਹਦਾ ਜਵਰ ਹੈਗਾ ਸੀ 3 ਚਲੋ ਆਪਾਂ ਖਾਲੀ ਸਾਮ ਕਰਾ ਦਿੰਨੇ ਤੁਹਾਨੂੰ ਖਾਲੀ ਥਾਵਾਂ ਤੁਹਾਡੀਆਂ ਜੋ ਅੱਠ ਖਾਲੀ ਥਾਵਾਂ ਨੇ ਕਿ ਸਿੱਥੇ ਤੁਹਾਨੂੰ ਕਰਵਾ ਦਿੰਨੇ ਆ ਅਗਰ ਆਏਗਾ -17 17 ਡੈਸ਼ ਕੀ ਹੋਵੇਗਾ ਇਹਦਾ ਅਨਸਰ ਹੈਗਾ 0 ਕਿਉਂਕਿ ਪਲਸ ਮਾਈਨਸ ਮਾਈਨਸ ਤਾਂ 17 ਵਿੱਚੋਂ 17 ਕਰ ਦੇਵਾਂਗੇ ਇਸਕਾ ਕੀ 0 ਅਨਸਰ ਆਜੂ ਅਗਰ ਹੈਗਾ -10 ਦਾ -2 1.3 10 ਇਹਦਾ ਅਨਸਰ ਆਜੂ 13 ਪਹਿਲੇ ਦਾ ਅਨਸਰ ਸਹੀ ਆ ਅੱਗੇ ਹੈਗਾ ਤੀਸਰਾ ਜੇਕਰ ਦੋ ਕੋਣ ਸੰਪੂਰਨ ਕੋਣ ਸੰਪੂਰਨ ਹੋਣ ਤਾਂ ਉਹਨਾਂ ਦੇ ਮਾਪਾਂ ਦਾ ਜੋੜ ਡੈਸ਼ ਹੁੰਦਾ ਹੈ ਇਹਦਾ ਅਨਸਰ ਹੈਗਾ 180° ਦਾ ਚੌਥਾ ਤ੍ਰਿਭੁਜ ਦੇ ਤਿੰਨ ਅੰਦਰੂਨੀ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ ਇਹਦਾ ਸਹੀ ਹੈਗਾ 180 ਅਗਰ ਹੈਗਾ ਪੰਜਵਾਂ ਜੇਕਰ ਦੇਖੀ ਜੋੜੇ ਦਾ ਇੱਕ ਕੋਣ 92 ਡਿਗਰੀ ਹੈ ਤਾਂ ਦੂਸਰਾ ਕੋਣ ਡੈਸ਼ ਹੋਵੇਗਾ ਇਹਦਾ ਸਹੀ 138 ਅਗਰ 6ਵਾਂ -9 6 ਬਰਾਬਰ ਕੀ ਹੋਵੇਗਾ ਇਹਨਾਂ ਅਸਰ ਅਗ ਮਾਈਨਸ 3 2 ਦੂਜਾ ਸਹੀ ਅਸਰ ਅੱਗੇ ਆ ਗਿਆ ਜੋ ਸੱਤਵਾਂ ਚੱਕਰ ਦਾ ਘੇੜਾ ਬਰਾਬਰ 2 पाई ਇਹਨਾਂ ਅਸਰ ਜੋ ਅਲਧ ਵਿਆਸ ਅਲਤ ਵਿਆਸ ਅੱਗੇ ਆ ਗਿਆ ਜੋ ਅੱਠਵਾਂ ਸੰਖਿਆ ਸੰਖਿਆ ਜੈਦ ਨੂੰ ਆਪਣੇ ਆਪ ਨਾਲ ਗੁਣਾ ਕਰਨ ਦਾ ਦੈਸ਼ ਬਿੰਜਕ ਹੈ ਜੈਦ ਦੀ ਦੂ ਚਲੋ ਆਪਾਂ ਖਾਲੀ ਥਾਂ ਮ ਕਰਵਾ ਦਿੱਤੇ ਸਹੀ ਗਲਤ ਵੀ ਤੁਹਾਨੂੰ ਕਰਵਾ ਦਿੰਨੇ ਆ ਹੇਠਾਂ ਲਿਖੇ ਵਿੱਚੋਂ ਸਹੀ ਗਲਤ ਦੱਸੋ ਪਹਿਲਾ ਹੈਗਾ 0.025 ਦਾ ਪ੍ਰਤੀਸ਼ਤ ਰੂਪ 25 ਹੈ ਗਲਤ ਆਹਨ ਲੱਗਿਆ ਦੂਸਰਾ 4/9 ਅਨੁਚਿਤਕ ਪੂਪਿੰਨ ਹੈ ਗਲਤ ਵੀ ਅਗ ਹੈਗਾ ਤੀਸਰਾ ਦੋ ਸਮਕੋਣ ਤਿਰਭੁਜ ਹਮੇਸ਼ਾ ਸਰਵਸੰਗ ਸੰਗਮ ਹੁੰਦੀ ਹੁੰਦੀਆਂ ਹਨ ਆ ਵੀ ਗਲਤ ਅਗ ਚੌਥਾ ਇੱਕ ਤ੍ਰਿਭੁਜ ਵਿੱਚ ਦੋ ਅਦੇ ਇੱਕ ਕੋਣ ਹੋ ਸਕਦੇ ਹਨ ਆ ਵੀ ਗਲਤ ਅਗਗਾ ਪੰਜਵਾਂ ਕੋਣ 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 ਤਿਰਪੁਲ ਦੀ ਸਰਵ ਸੰਗਮਤਾ ਦਾ ਇੱਕ ਮਾਪਦੰਡ ਹੈ ਆ ਵੀ ਗਲਤ ਅਗਗਾ ਛੇਮਾ ਪਰਿਮੇਸ਼ੰਖਿਆ 3 ਬਤਾ 5 ਪਰਿਮੇਸ਼ੰਖਿਆ 2 ਬਤਾ 5 ਤੋਂ ਵੱਡੀ ਹੈ ਸਹੀ ਆ ਅਗਗਾ ਸੱਤਵਾਂ ਕਿਸੇ ਫਸਲ ਦੇ ਤਾਈਲ ਲਾਉਨ ਲਗਾਉਣ ਲਈ ਅਸੀਂ ਫਸਲ ਦਾ ਖੇਤ ਫਾ ਲੱਭਾਂਗੇ ਸਹੀ ਆ ਬਿਲਕੁਲ ਅਗਗਾ ਅਰਥਾ -7/2/x ਅਤੇ -7/22 ਸਮਾਨ ਪਦ ਹਨ ਆ ਹੈਗਾ ਬਿਲਕੁਲ ਗੱਸਟਾ ਤੇ ਤੁਹਾਨੂੰ ਹੁਣ ਦੁਬਾਰੇ ਦੱਸ ਦਿੰਦੇ ਆ ਇਹ ਜੇਕਰ ਤੁਹਾਨੂੰ ਪੀਡੀਐਫ ਤੋਂ ਫੁੱਲ ਸੋਲਵਡ ਪੀਡੀਐਫ ਚਾਹੀਦੀ ਆ ਤਾਂ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਉੱਚ ਜਾ ਕੇ ਜੁਆਇਨ ਕਰ ਲੋ ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜੂਗਾ ਆਪਾਂ ਤੁਸੀਂ ਉੱਥੇ ਜਾ ਕੇ ਜਦ ਮਰਜ਼ੀ ਕੋਈ ਵੀ ਪੇਪਰ 다운 ਕਰਕੇ ਆਪਣੀ ਤਿਆਰੀ ਕਰ ਸਕਦੇ ਹੋ ਤਦ ਜੇ ਤੁਹਾਨੂੰ ਪਾਰਟ ਜੋ ਭਾਗ ਆੜਾ ਦਿਖਾ ਦਿੰਦੇ ਆ ਤੁਹਾਨੂੰ ਦੱਸਦੇ ਜੋ ਭਾਗ ਵੀ ਦੱਸ ਸੋਲੂਸ਼ਨ ਹਿੱਤ ਕਮੈਂਟ ਨਹੀਂ ਲੱਭਿਆ ਤੇ ਇਹਦਾ ਜੋ ਸੋਲੂਸ਼ਨ ਅ ਕੱਲ ਨੂੰ ਆਪਾਂ ਵੀਡੀਓ ਬਣਾ ਕੇ ਪਾ ਦੇਵਾਂਗੇ ਇਹਨੂੰ ਸਾਨੂੰ ਪ੍ਰੈਸ਼ਨ ਦੱਸ ਦਿੰਨੇ ਕਿਹੜੇ-ਕਿਹੜੇ ਨੇ ਕੱਲ ਨੂੰ ਪੱਕਾ ਇਹਦਾ ਸੋਲੂਸ਼ਨ ਦੀ ਵੀਡੀਓ ਆ ਜੂਗੀ ਕਿਉਂਕਿ ਅੱਜ ਜੋ ਸਾਡੇ ਜਮੇ ਦੋਸਤਾਂ ਦਾ ਜਿਸ ਪਿਆ ਇਸਕਾ ਕੈਨੇਮ ਉਹ ਉੱਥੇ ਜਾਣਾ ਪੈ ਗਿਆ ਨਹੀਂ ਤੇ ਮੈਂ ਫੁੱਲ ਸੋਲਵਡ ਪੇਪਰ ਤੁਹਾਨੂੰ ਕਰਵਾ ਦਿੰਦਾ ਨਹੀਂ ਤੁਹਾਨੂੰ ਪੇਪਰ ਕਰਵਾ ਦਿੰਦਾ ਭਾਗ ਆੜਾ ਚੌਥਾ ਪ੍ਰਸ਼ਨ ਸਥਾ ਲਿਖਿਆ ਅੰਕੜਿਆਂ ਦਾ ਬਹੁਲਕ ਪਤਾ ਕਰੋ ਅਗਲਾ ਪੰਜਵਾਂ ਦਿੱਤੇ ਗਏ ਚਿੱਤਰ ਵਿੱਚ ਐਕਸਰੇ ਦਾ ਮੁੱਲ ਬਤਾ ਕਰੋ ਐਕਸਰੇ ਦਾ ਐਕਸਰੇ ਮੁੱਲ ਪਤਾ ਕਰਨਾ ਦੇਖ ਹੀ ਸਕਦੇ ਤੁਸੀਂ ਅਗਿਆਗੇ ਛੇਵਾਂ ਗੁਣਫਰ ਪਤਾ ਕਰੋ 5/9 -3/8 ਇਹ ਗੁਣਫਰ ਪਤਾ ਕਰਨਾ ਅਗਿਆਗੇ ਸੱਤਵਾਂ ਇੱਕ ਬੇਲੇ ਦੇ ਕਿੰਨੇ ਫਲਕ ਹੁੰਦੇ ਹਨ ਦੂਸਰਾ ਹੈਗਾ ਇੱਕ ਵਰਗ ਪਿਰਾਮਿਡ ਵਿੱਚ ਕਿੰਨੇ ਕਿਨਾਰੇ ਹੁੰਦੇ ਹਨ ਗੱਤਵਾ ਜੇਕਰ a 1 b -2 ਹੋਵੇ ਤਾਂ a ਦੇ ਦੋ b ਦੇ ਦੋ ਦਾ ਮੁੱਲ ਪਤਾ ਕਰੋ ਅਗਨੋਮਾ ਹੱਲ ਕਰੋ 2/3 4 2 5 ਇਹਨੂੰ ਭਾਗ ਕਰ ਲੈਣਾ ਤੁਸੀਂ ਨਾ ਕਿਉਂਕਿ ਤੁਹਾਡੇ ਜੋ ਪ੍ਰਸ਼ਨ ਬਹੁਤ ਸੌਖਾ ਨੂੰ ਸੁਆਭੀ ਕਰ ਸਕਦੇ ਹੋ ਨਹੀਂ ਤਾਂ ਆਪਾਂ ਕਾਨੂੰ ਪੱਕਾ ਕਰਵਾ ਦੇਵਾਂਗੇ ਤੁਹਾਨੂੰ ਜੇਕਰ abc z x ਹੋਵੇ ਤਾਂ z x ਦੇ ਉਹ ਭਾਗ ਲਿਖੋ ਜੋ ABC ਦੇ ਦਿੱਤੇ ਗਏ ਭਾਗਾਂ ਦੇ ਸੰਕਤ ਹਨ ਇਹ ਤੁਸੀਂ ਕਰ ਲੈਣਾ ਹੈ ਪਹਿਲੇ ਹੈਗਾ B ਤੇ ਦੂਸਰਾ ਹੈਗਾ AB ਲਓ ਇਹਨੂੰ ਕੱਲਣਾ ਸੰਗਤ ਹਨ ਹੈ ਅਗਰ ਗੈਰਮਾ ਜੇਕਰ L M ਤਾਂ ਚਤਤਰ ਵਿੱਚ ਐਕਸਟਰਾ ਮੁੱਲ ਪਤਾ ਕਰੋ ਇਹ ਤੁਸੀਂ ਕਰ ਲੈਣਾ ਅਗ ਭਾਗ EDC ਮਤਲਬ ਇਸ ਵਿੱਚ ਮਿਲੋਗਾ ਚਾਰ ਚਾਰ ਅੰਕਾਂ ਦੇ ਪ੍ਰਸ਼ਨ ਤੁਸੀਂ ਦੇਖ ਸਕਦੇ ਹੋ ਇਹ ਬੈਰੀ ਬੈਰੀ ਇੰਪੋਰਟੈਂਟ ਕੁਐਸਚਨ ਪੇਪਰ ਤੁਸੀਂ ਯਾਦ ਕਰਕੇ ਚਲੇ ਜਾਣਾ ਅਗੇ ਅਗੇ 6 ਨੰਬਰ ਪਰਪ੍ਰੈਸ਼ਨ ਜੋ ਜੋ ਹੱਦ 6 ਨੰਬਰ ਦੇ ਵਿੱਚ ਹੋਣਗੇ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਤਾਂ ਹੱਦ ਜੋ ਪੇਪਰ ਸੀ ਤੁਹਾਨੂੰ ਦਿਖਾ ਦੁੱਤਾ ਹੈ ਤੇ ਅਸੀਂ ਜੋ ਤੁਸੀਂ ਕਮੈਂਟ ਕਰਕੇ ਦੱਸਦੇ ਹੋ ਜੋ ਤੁਹਾਡੇ ਪੀਪਲ ਹਨ ਉਹਨਾਂ ਦੀ ਵੀਡੀਓ ਸੀ ਪਹਿਲਾਂ ਪਾਈ ਹੈ ਕਿ ਜੋ ਪੀਪਲ ਹੋਣਗੇ ਉਹਦੋਂ ਪਾਈ ਹੈ ਲੱਗਦਾ ਜੋ ਮੈਨੂੰ ਬੱਚੇ ਤਿੰਨ ਚਾਰ ਕਮੈਂਟ ਆ ਚੁੱਕੇ ਹਨ ਸਰ ਮੈਨੂੰ ਇਸ ਕਲਾ ਦੇ ਪੇਪਰ ਚਾਹੀਦਾ ਹੈ ਇਸ ਸਬਜੈਕਟ ਦਾ ਪੇਪਰ ਚਾਹੀਦਾ ਉਹਨਾਂ ਨੂੰ ਮੈਂ ਦੱਸ ਦਿੰਦੇ ਮੈਂ ਕੱਲ ਤੋਂ ਆਪਾਂ ਜੋ ਤੁਹਾਡੇ ਪੇਪਰ ਹਨ ਉਹਨਾਂ ਪੀਪਲ ਦੀ ਤਰੀਖ ਤੋਂ ਤਿੰਨ ਦਿਨ ਪਹਿਲਾਂ ਹੀ ਅਪਲੋਡ ਕਰ ਦਵਾਂਗੇ ਜਿਸ ਨਾਲ ਤੁਹਾਧੋ ਤੱਕ ਵਧੀਆ ਤਿਆਰੀ ਹੋ ਜਾਵੇਗੀ ਤੇ ਦੋਸਤੋ ਆਪਾਂ ਫਿਰ ਮਿਲਾਂਗੇ ਕਾਗੜੀ ਵੀਡੀਓ ਚ ਥੈਂਕਸ ਫੋਰ ਵਾਚਿੰਗ ਪਲੀਸ ਸਬਸਕ੍ਰਾਈਬ ਤੁਮਾਰੀ YouTube ਚੈਨਲ ਤੋ ਚੈਨਲ ਨੂੰ ਸ਼ੇਅਰ ਕਰਨਾ ਨਾ ਭੁੱਲੋ ਤੇ ਆਪਣੇ ਦੋਸਤਾਂ ਨੂੰ ਵੀ ਦੱਸ ਦਿਓ ਕਿ ਇਸ ਚੈਨਲ ਤੇ ਤੁਹਾਨੂੰ ਸਭ ਤੋਂ ਵਧੀਆ ਸੈਂਪਲ ਪੇਪਰ ਪ੍ਰੋਵਾਈਡ ਕੀਤੇ ਜਾਣਗੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ 'ਚ